ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਤਰੀਕ ਨੂੰ ਗੁਰਦਾਸਪੁਰ ਵਿੱਚ ਰੈਲੀ ਕੀਤੀ ਜਾ ਰਹੀ ਹੈ। ਅਸੀਂ ਮੌਜੂਦ ਹਾਂ ਇਸ ਸਮੇਂ ਰੈਲੀ ਸਥਲ ਦੇ ਪੰਡਾਲ ਦੇ ਵਿੱਚ। ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਜਿਹੜਾ ਪੰਡਾਲ ਹੈ ਉਹ ਕਾਫੀ ਵੱਡਾ ਲਗਾਇਆ ਗਿਆ ਹੈ, 25,000 ਦੇ ਕਰੀਬ ਜਿਹੜੀ ਹੈ ਉਹ ਕੁਰਸੀ ਇੱਥੇ ਜਿਹੜੀ ਹੈ ਲਗਾਈ ਗਈ, ਕਿਉਂਕਿ ਜ਼ਿਆਦਾ ਸੰਖਿਆ ਹੈਗੀ, ਕਾਫੀ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਸਕਦੇ ਨੇ। ਔਰ ਨਾਲ ਨਾਲ ਦਿਖਾਵਾਂਗੇ ਕਿ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਚੰਗੇ ਜਿਹੜੇ ਸਰਵਨ ਸਿੰਘ ਸਲਾਰੀਆ ਜਿਹੜੇ ਨੇ ਇੱਥੇ ਦੇ ਕਦਵਰ ਨੇਤਾ ਨੇ ਉਹ ਵੀ ਪਹੁੰਚੇ ਸੀਗੇ। ਉਹਨਾਂ ਦੱਸਿਆ ਸੀਗਾ ਕਿ ਕਾਫੀ ਜਿਹੜਾ ਵੱਡਾ ਪੰਡਾਲ ਜਿਹੜਾ ਆ ਉਹ ਲਗਾਇਆ ਜਾ ਰਿਹਾ, ਔਰ ਇਸ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਐਡਾ ਵੱਡਾ ਪੰਡਾਲ ਜਿਹੜਾ ਆ ਉਹ ਲਗਾਇਆ ਗਿਆ ਹੈ। ਹਾਲਾਂਕਿ ਕੱਲ੍ਹ ਕਰੀਬ 12 ਵਜੇ ਜਿਹੜੇ ਆ ਨਰਿੰਦਰ ਮੋਦੀ ਗੁਰਦਾਸਪੁਰ ਪਹੁੰਚਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ। ਨਾਲੇ 2019 ਦੇ ਵਿੱਚ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਉਹਦੀ ਜਿਹੜੀ ਹੈ ਉਹ ਆਰੰਭਤਾ ਕਰਨਗੇ। ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਦੈਨਿਕ ਸਵੇਰਾ, ਗੁਰਦਾਸਪੁਰ।